ਮਿਸਾਲ ਹੈ ਵੀ ਗਿੱਧ ਐਸੇ ਮਿਸਾਲ ਹੈ ਤੇ ਨਾਲ ਨਾਲ ਰਬੜੀ ਜੋਸ ਵੀ ਪੀਂਦੇ ਪਾਏ ਤੁਸਾਂ ਪੀਵਣਾ ਤਾਂ ਸਤ ਬਿਸਮਿਲ੍ਲਾ ਨੇ ਤਾਂ ਸਾਂ ਅੱਜ ਮੌਲੀ ਸਾਹਿਬ ਕੋ ਨਾਇ ਛੁੜਨ ਜੋਸ ਪੀਂਦੇ ਪਾਏ ਨਾ ਦਿਲੀ ਕਰ ਯਾ ਦਿਲੀ ਕੂ ਵਾ ਵਾ ਦਿਲੋਂ ਕਰਕੇ ਚੇਠੇ ਫਰਿਆਦ ਦੇ ਨਾਲ ਇਮਦਾਦ ਕਰੇ ਸੀ ਤਲਵੇ ਲਾ ਦੇ ਹੇਠੇ ਲਾਲ ਸੰਗਾ ਸਲਾਮ ਠੀਕ ਗਿਆ ਮੁਰਸ਼ਦ ਸਾਡਾ ਭਰਾ ਹੈ ਵਹਿੰਦੇ ਪੈਣ ਅਸਾਂ ਕਿ ਸਾਡੀ ਵਲੌਗ ਬਣਾਓ ਮਿਹਰਬਾਨੀ ਕਣਕ ਪੈਂਦੇ ਵਧਿਆ ਲੇਬਰ ਛੋੜੀ ਪਏ ਅਸਲਾਮ ਅਲੈਕੁਮ ਤੋਂ ਸਾਡੇ ਤੱਕ ਯੂਟਿਊਬ ਚੈਨਲ ਕਮਲਾ ਰਮਲਾ ਸਰੈਕੀ ਮਾਮੂ ਜੀ ਆ ਵਜੋ ਆ ਮੈਂ ਆਉਂਦੇ ਹੁਣ ਮੈਂ ਦਾ ਪਿਆ ਅਸਲਾਮ ਅਲੈਕੁਮ ਤੁਸੀਂ ਸਾਡੇ ਤੋਂ ਯੂਟਿਊਬ ਚੈਨਲ ਕਮਲਾ ਸਰੈਕੀ ਮੈਂ ਸਹੀ ਸਹਿਰ ਮੈਂ ਦੀ ਉਮੀਦ ਕਰਦੇ ਹਾਂ ਸਾਰੇ ਦੋਸਤ ਆਪ ਠੀਕ ਹੋ ਸਨ ਸਭੀ ਅੱਲਾਹ ਆਲੇ ਮੁਹੰਮਦ ਕਰਮ ਨਵਾਜ਼ੀ ਨਾਲ ਤੁਹਾਡੇ ਪਿਆਰ ਨਾਲ ਤੁਹਾਡੇ ਦੋਈ ਨਾਲ ਤੁਹਾਡੇ ਮਫਤ ਨਾਲ ਅਲਹਮਦੁਲਿਲਾ ਠੀਕ ਹੈ ਹੱਸਦੇ ਰਹੋ ਵੱਸਦੇ ਰਹੋ ਆਬਾਦ ਹੋ ਸ਼ਾਦ ਰਹੋ ਲਾਈਕ ਵੱਲੋ ਸਬਸਕ੍ਰਾਈਬ ਕੀਤੀ ਰਹੋ ਅੱਜ ਤਾਂ ਮਜ਼ਦਾਰ ਵਲੌਗ ਕਰਦੇ ਪਏ ਇਹ ਉਮੀਦ ਨਾਲ ਸ਼ੁਰੂ ਜਿਸ ਜਿਸ ਮਕਾਮ ਤੇ ਸਾਡੇ ਚਾਹਣ ਵਾਲੇ ਹਨ ਪਾਕਿਸਤਾਨ ਪਾਕਿਸਤਾਨ ਤੋਂ ਬਾਹਰ ਯਕੀਨਨ ਹੋਸਨ ਅੱਲਾਹ ਆਲੇ ਮੁਹੰਮਦ ਦੀ ਜ਼ਮਾਨ ਤੁਸੀਂ ਵੱਸਦੇ ਰਹੋ ਉਹ ਜਾਈ ਵੱਸਦੇ ਰਹੋ ਜੇ ਤਾਂ ਤੁਸੀਂ ਵੱਸਦੇ ਹੋ ਸਾਰੇ ਦੋਸਤਾਂ ਨੂੰ ਠੀਕ ਹੈ ਲਵ ਯੂ ਤੁਹਾਡੀ ਜ਼ਿੰਦਗੀ ਦੀ ਹੋਵੇ ਫੁੱਲ ਟਾਈਮ ਖੈਰ ਓਕੇ ਕਾ ਸਹੀ ਤੁਸੀਂ ਇੱਕ ਕਮਲਾ ਰਮਲਾ ਜੀ ਕਿਉਂ ਆਖੇ ਬਾਬਾ ਤੁਹਾਡੇ ਦੂ ਨਾ ਰੱਖ ਦਿੱਤੇ ਗਏ ਨਾ ਅੱਛਾ ਵਾ ਵਾ ਤੁਹਾਡਾ ਵੀਡੀਓ ਕੀਚ ਵੈਨੀਆਂ ਪੈਣਾ ਅਗੂ ਵਾਲਾ ਉਹਨਾਂ ਕੋ ਐਮ ਲਗਸੀ ਵਾਲਾ ਉਹਨਾਂ ਕੋ ਜ਼ੈਡ ਲਗਸੀ ਵਾਲਾ ਉਹਨਾਂ ਕੋ ਬੀ ਲਗਸੀ ਵਾਲਾ ਪੀ ਕਿਊ ਆਰ ਐਸ ਟੀ ਯੂ ਵੀ ਡਬਲਯੂ ਐਕਸ ਵਾਈ ਜ਼ੈਡ ਲਗਣਾ ਪੈਦੀ ਜ਼ਿੰਦਗੀ ਯੂ ਆਰ ਓਵੀਡੈਂਟਲੀ ਐਕਸ ਵਾਈ ਜ਼ੈਡ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਉਮੀਦ ਕਰਨਾ ਠੀਕ ਠਾਕ ਹੋ ਸੋ ਖੈਰ ਖਰੀਅਤ ਨਾਲ ਹੋ ਸੋ ਅਮਨ ਸਕੂਨ ਨਾਲ ਹੋ ਸੋ ਕਿਉਂਕਿ ਤੁਹਾਨੂੰ ਦੁਆ ਦੇਣ ਵਾਲਾ ਜੋ ਮੇਰਾ ਮਾਮਾ ਹੇ ਪਿਆ ਉਹ ਜਹੀ ਵਸ ਜਾਵਾਂ ਜੇ ਤਾਂ ਤੁਸਾਂ ਵਸਦੇ ਵੇ ਸਾਹਿਬ ਮੈਂ ਬੱਸ 'ਤੇ ਸਫ਼ਰ ਕਰਾਂਦਾ ਪਿਆ ਹਮੀ ਤਾਂ ਨਾਲ ਮੇਰੇ ਨੂੰ ਦੋ ਸੀਟਾਂ ਇਹਨੂੰ ਆਉਂਦੀਆਂ ਦੋ ਸੀਟਾਂ ਸਾਈਡ ਕੋਲ ਨਹੀਂ ਦੋ ਸਾਈਡ ਕੋਲ ਸੀਟਾਂ ਜਿਹੜੀਆਂ ਹਨ ਉੱਥਾਂ ਬੈਠੀ ਆਈ ਇੱਕ ਔਰਤ ਅਤੇ ਇੱਕ ਮਰਦ ਤੇ ਕੰਡਕਟਰ ਜਿਹੜੇ ਆ ਉਹ ਮੇਰੇ ਕੋਲ ਕਿਰਾਇਆ ਕਿਤੇ ਵਾਲਾ ਉਹਨਾਂ ਕੋਲ ਕਿਰਾਇਆ ਗਿਣਨ ਲੱਗ ਗਿਆ ਕਿਸੇ ਕਿਰਾਇਆ ਹੁਣ ਔਰਤ ਦੇ ਕਿਰਾਇਆ ਮੈਂ ਦੇਸਾਂ ਤੇ ਮਾਰ ਦਾ ਕਿਰਾਇਆ ਮੈਂ ਉਹ ਦੁਆ ਆਪਸ ਵਿੱਚ ਤੂੰ ਤੂੰ ਮੈਂ ਸੀ ਕਿ ਮੈਂ ਪਰੇਸ਼ਾਨ ਬੈਠਾ ਮੈਂ ਕਿ ਅਸਾਂ ਤਾਂ ਇੱਕ ਬੈਠ ਗਿੱਚ ਵਿੱਚ ਮੈਨੂੰ ਲਾਲਾ ਤੂੰ ਕਿਰਾਇਆ ਦੇ ਲਾਲਾ ਤੂੰ ਕਿਰਾਇਆ ਦੇ ਤੇ ਇਹ ਆਦਿਨ ਸੀ ਮੈਂ ਦੇਣਾ ਤੇ ਉਹ ਆਦਿ ਮੈਂ ਦੇਣਾ ਖੈਰ ਕਮ ਅਜ਼ ਕਮ ਅੱਧਾ ਘੰਟਾ ਲੱਗ ਗਿਆ ਮੈਂ ਦੇਖ ਗਈ ਤਾਂ ਮੈਂ ਕਿ ਚਲੋ ਬਗੈਰ ਬਿਜਲੀ ਬਗੈਰ ਨੈਟ ਦੇ ਨੂੰ ਫਿਲਮ ਲੱਗੀ ਪਈ ਦੇਖੋ ਬੈਠੇ ਬਸ ਅਸੀਂ ਮੁੱਕਦੇ ਮੁਕਾਵਾਂ ਕੰਡਕਟਰ ਪੁੱਛੋ ਵਾਂ ਕਿ ਲਾਲਾ ਮੈਨੂੰ ਇਹ ਦੱਸੋ ਅੱਧਾ ਘੰਟਾ ਸੀ ਕਿ ਤੁਹਾਡੀ ਤੂੰ ਤੂੰ ਮੈਂ ਕਿ ਕਿਰਾਇਆ ਮੈਂ ਦੇਸਾਂ ਤੇ ਕਿਰਾਇਆ ਮੈਂ ਦੇਸਾਂ ਮੈਂ ਅੱਗਾਂ ਬੀਆਂ ਕੋ ਨਹੀਂ ਕਿਰਾਇਆ ਕਿ ਨਾ ਦੱਸੋ ਤੁਸੀਂ ਹੀਵੇ ਕੌਣ ਔਰਤ ਪਿਆ ਦੇ ਜਿਹੜਾ ਇਹਦਾ ਮਾਮਾ ਨਾ ਉਹ ਮੇਰੇ ਮਾਮੇ ਕੋ ਮਾਮਾ ਸੜਿਆ ਵਾਹ ਵਾਹ ਮੈਂ ਪਰੇਸ਼ਾਨ ਮਕਾ ਇਹਦਾ ਮਾਮਾ ਇਹਦੇ ਮਾਮੇ ਕੋ ਮਾਮਾ ਸਦੇਂਦਾ ਹੈ ਪਰੇਸ਼ਾਨ ਤੁਸਾਂ ਹੁਣ ਕਮੈਂਟ ਹੀ ਦੱਸੋ ਉਹ ਆਪਸ ਜਾਣ ਕੌਣ ਮੈਂ ਕੋ ਸਹੀ ਦੋ ਹਫਤੇ ਤੀ ਗਏ ਮੈਂ ਬੱਸ ਤੇ ਸਫ਼ਰ ਕੀਤਾ ਮੈਂ ਸੁਬੋ ਸ਼ਾਮ ਇਹੋ ਆਦਾ ਬੈਠਾ ਇਹਦਾ ਮਾਮਾ ਮੇਰੇ ਮਾਮੇ ਦਾ ਮਾਮਾ ਲੱਗਦਾ ਹੈ ਇਹਦਾ ਮਾਮਾ ਮੇਰੇ ਮਾਮੇ ਦਾ ਮਾਮਾ ਲੱਗਦਾ ਹੈ ਲਿਹਾਜ਼ਾ ਮੇਰੀ ਟੈਨਸ਼ਨ ਨਹੀਂ ਦੂਰ ਕਰੋ ਤੇ ਇਹ ਸਵਾਲ ਦਾ ਜਵਾਬ ਹੀ ਦਿਓ ਇਹਦਾ ਮਾਮਾ ਮੇਰੇ ਮਾਮੇ ਕੋ ਮਾਮਾ ਸਦੇ ਹਾਂ ਓਕੇ ਕਾਰ ਓਕੇ ਕਾਰ ਤੁਹਾਡੀ ਜ਼ਿੰਦਗੀ ਦੀ ਹੋਵੇ ਖੈਰ ਚੁਟਕੂ ਦੀ ਪਰੇਸ਼ਾਨੀ ਦੂਰ ਕਰੋ ਦੂਰ ਕਰੋ ਇਹ ਮੈਂ ਮਰ ਕਮਿਸਟ ਕਸ਼ੇ ਕੁਪੈਸਟ 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 ਚ ਆਪਣੀ ਰਾਏ ਦੇਵਣੀ ਹੈ ਰਾਏ ਦੇਵਣੀ ਹੈ ਦੱਸਣਾ ਹੈ ਅਗਰ ਤੁਸੀਂ ਨਾ ਦੱਸੈਸੋ ਤਾਂ ਇਹ ਦਿਲ ਦਾ ਮਰੀਜ਼ ਨਾ ਬਣ ਵਣੇ ਦਿਲ ਕੋ ਲਈ ਵਤੈ ਹਾਂ ਬਿਲਕੁਲ ਇਹ ਇਹਦੇ ਵਿੱਚ ਕੋਈ ਬਨਾਵਟ ਵਾਲੀ ਗੱਲ ਕੋ ਨਹੀਂ ਵਿਚਾਰਾ ਸੋਚ ਸੋਚ ਪਰੇਸ਼ਾਨ ਹੈ ਇਹੋ ਸਵਾਲ ਕਰਨ ਇਹਦਾ ਮਾਮਾ ਮੇਰੇ ਮਾਮੇ ਦਾ ਮਾਮਾ ਲੱਗਦਾ ਹੈ ਤਾਂ ਲਿਹਾਜ਼ਾ ਪਲੀਜ਼ ਤੁਸੀਂ ਕਮੈਂਟ ਸੇ ਚ ਆਪਣੀ ਰਾਏ ਦੇਵਣੀ ਹੈ ਲਾਜ਼ਮੀ ਜਵਾਬ ਦੇਣਾ ਹੈ ਕਿ ਮੈਂ ਕੋ ਫੱਜੇ ਟਾਈਮ ਰੋਟੀ ਨਸੀਬ ਕੋ ਨਹੀਂ ਮੈਂ ਹੀ ਆਦਾ ਬੈਠਾ ਇਹਦਾ ਮਾਮਾ ਮੇਰੇ ਮਾਮੇ ਕੋ ਮਾਮਾ ਸਰੇਂਦਾ ਇਹਦਾ ਮਾਮਾ ਮੇਰੇ ਮਾਮੇ ਕੋ ਮਾਮਾ ਸਰੇਂਦਾ ਅੱਲਾਹ ਦਾ ਨਾਮ ਨੋ ਇਹ ਮੈਂ ਜਲਦੀ ਜਲਦੀ ਜਵਾਬ ਦਿਓ ਮੈਂ ਕਾਲੀ ਕਮੈਂਟ ਦੀ ਇੰਤਜ਼ਾਰ ਹੀ ਚੋਸਾ ਵੈਂਦੇ ਪਏ ਰੋਜ਼ੀ ਰੋਟੀ ਤੇ ਸਾਰਾ ਸੋ ਹਾਂ ਸਾਡੇ ਨਾਲ ਨਾਲ ਅੱਲਾਹ ਸੋਹਣੇ ਦੇ ਹਵਾਲੇ ਅੱਛਾ ਸਹੀ ਵਹਿੰਦੇ ਪਏ ਅਸੀਂ ਰੋਜ਼ੀ ਰੋਟੀ ਤੇ ਸਾਡੀ ਸਰਗਾਣੀ ਬਿਰਾਦਰੀ ਸਰਗਾਣੀ ਬਲੋਚਿਨ ਇਹ ਕਣਕ ਪੈਂਦੇ ਵਧਦੇ ਹਨ ਮੇਰੇ ਵਲੌਗ ਦਾ ਹਿੱਸਾ ਇਹਨਾਂ 'ਚ ਕੋਈ ਵੀ ਕੋ ਨਹੀਂ ਬਣਾ ਮੈਂ ਕੋ ਨਾ ਗਿੱਲਾ ਦਿੱਤਾ ਮੈਂ ਕਿ ਸਹੀ ਤਾਬੇਦਾਰ ਅੱਜ ਸਾਰਿਆਂ ਕੋ ਆਪਣੇ ਵਲੌਗ ਦਾ ਬਣਾਉਂਦੇ ਪਏ ਹਿੱਸਾ ਪਹਿਲੇ ਪਹਿਲੇ ਸਰਦਾਰ ਤਾਰੇ ਖਾਨ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਸਾਹਿਬ ਕੀ ਹਾਲ ਹੈ ਸਹੀ ਠੀਕ ਹੈ ਤਬੀਅਤ ਸੇ ਠੀਕ ਹੈ ਸਭ ਖੈਰੋ ਖਰੀਆ ਦੇ ਠੀਕ ਠਾਕ ਤੁਸੀਂ ਸੁਣਾਓ ਠੀਕ ਹੋ ਅਲਹਮਦੁਲਿਲਾ ਕਣਕ ਤੇ ਨੇੜੇ ਨਿਵਲੇ ਹੀ ਵਦੇ ਵਾਹ ਕਿੱਕ ਰੂ ਮੁਕਈ ਵਦੇ ਢੇ ਸਾਰੀ ਹੈ ਅੱਛਾ ਅੱਛਾ ਬਾਈ ਅਲੀ ਖਾਨ ਦੀ ਮਿਹਨਤ ਤੇ ਹਾਂ ਸਹੀ ਸਾਰਿਆਂ ਦੀ ਮਿਹਨਤ ਤੇ ਜ਼ਿਆਦਾ ਮੇਟ ਹੀ ਹੋਏ ਨਾ ਅੱਛਾ ਅੱਛਾ ਮਾਸ਼ਾਅੱਲਾ ਤੇ ਇਹ ਕਿਲੇ ਦਾ ਕੀ ਹਿਸਾਬ ਕਿਤਾਬ ਮਿਲਦਾ ਪਿਆ ਮਰਕਾ ਇਹ ਅਲੀ ਖਾਨ ਕੋ ਪਤਾ ਹੈ ਸਾਹਿਬ ਅੱਛਾ ਅਲੀ ਖਾਨ ਕੋਲ ਪੁੱਛੋ ਨਹੀਂ ਪਾ ਅਲੀ ਖਾਨ ਕੋਲ ਚਲੋ ਚਲੋ ਮਾਸ਼ਾਅੱਲਾ ਅਸਲਾਮ ਅਲੈਕੁਮ ਖਾਨ ਜੀ ਕੀ ਹਾਲ ਹੈ ਸਲਾਮ ਆਲ ਸੰਗਤ
ਸਲਾਮ ਠੀਕ ਆ ਮੁਰਸ਼ਦ ਸਾਡਾ ਭਰਾ ਏ ਵਹਿੰਦੇ ਪੈਣ ਅਸਾਂ ਕਿ ਸਾਡੀ ਵਿਲੌਕ ਬਣਾਓ ਮਿਹਰਬਾਨੀ ਕਣਕ ਕਪੈਂਦੇ ਵਧਿਆ ਲੇਬਰ ਛੋੜੀ ਪਏ ਇਹ ਸਹੀ ਕਣਕ ਕਪੈਂਦੇ ਵਧਿਆ ਅੱਛਾ ਸਹੀ ਕਿੱਲੇ ਦਾ ਕਿਆ ਹਿਸਾਬ ਕਿਤਾਬ ਹੈ ਸਹੀ ਮੁਰਸ਼ਦ ਚਾਰ ਮਣ ਗਵਾਈ ਗਿੰਦੇ ਪਏ 65 ਕਿਲੋ ਗਹਾਈ ਏ ਅੱਛਾ ਕਪਾਈ ਕਿਤਨੀ ਚਾਰ ਮਣ ਸਹੀ ਚਾਰ ਮਣ ਕਪਾਈ 65 ਕਿਲੋ ਗਹਾਈ ਗਹਾਈ ਰੋਜ਼ੀ ਰੋਟੀ ਹੈ ਘਰ ਦੀ ਲੱਗੇ ਪੈ ਸਹੀ ਕਮਾਲ ਮੁਹੱਬਤਾਂ ਤੁਹਾਜਾ ਮਿਹਰਬਾਨੀ ਸਹੀ ਤੁਹਾਡੀਆਂ ਮਿਹਰਬਾਨੀ ਸਰਦਾਰ ਗੱਗਾ ਖਾਨ ਖੜਾ ਹੈ ਬਾਦਲ ਖਾਨ ਅੱਲਾ ਦਿੱਤਾ ਸਫਦਰ ਖਾਨ ਉਹ ਅਜ਼ੀਜ਼ ਖਾਨ ਖੜਾ ਹੈ ਅੱਛਾ ਇਹ ਸਾਰੇ ਜ਼ੂਮ ਕਰਕੇ ਦਿਖਾਓ ਨਾ ਬਈ ਕੋਈ ਖਾਨ ਕੋਈ ਖਾਨ ਸਾਡੇ ਚੈਨਲ ਤੋਂ ਰਹੇ ਨਾ ਮੈਂ ਨਾ ਵੀਡੀਓ ਉਹ ਪਰ ਉਹ ਪੀਰ ਹੀ ਖੜਾ ਹੈ ਉਹ ਕੋਈ ਆ ਇਹ ਪੀਰ ਸਭੂ ਖਾਨ ਖੜਾ ਦਾੜੀ ਤੂੰ ਨਾ ਲੈ ਟਿਕਣ ਨਾ ਨਾ ਇਹ ਪੀਰ ਹੈ ਹੋਰ ਲਾ ਇਹ 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 ਇਹੋ ਪੀਰ ਅੱਛਾ ਅੱਛਾ ਇਹ ਜੇ ਇਹਨੂੰ ਵਾਲਾ ਪੀਰ ਵੇ ਇਹ ਮਰੀ ਅੰਗਲ ਅੰਗਲ ਮਰੀ ਨਜ਼ਰ ਆ ਸੀ ਤਾਂ ਇਹ ਇਹ ਸਹੀ ਜ਼ੂਮ ਤੇ ਆ ਖੜਾ ਨਾ ਮੈਂ ਅੰਗਲ ਕੋ ਗੋਲਣ ਪੈ ਗਿਆ ਇਹਨੂੰ ਵਾਲਾ ਪੀਰ ਵੇ ਇਹਨੂੰ ਵਾਲਾ ਸ਼ਬੂ ਖਾਨ ਸ਼ਬੂ ਖਾਨ ਉਹ ਖੈਰ ਰਹੋ ਤੇਰੀ ਜ਼ਿੰਦਗੀ ਦੀ ਖੈਰ ਹੋਵੇ ਅੱਛਾ ਬੀਆ ਸਹੀ ਤਬੀਅਤ ਸੇ ਠੀਕ ਹੈ ਸਭ ਖੈਰੋ ਖਰੀਆ ਤੇ ਕਿਤਨੇ ਕਿਲੇ ਕੱਪੀ ਵਧੇ ਵੇ ਮੁਸ਼ਤ 5 ਕਿਲੇ ਕੱਪੀ ਵਧਿਆ ਟੋਟਲ 60 ਕਿਲਾ ਕੱਪਣਾ ਹੈ ਅੱਛਾ ਚਾਹਵਣਾ ਵੀ ਹੈ ਅੱਛਾ ਮਾਸ਼ਾਅੱਲਾ ਮਾਸ਼ਾਅੱਲਾ ਸ਼ੀਰ ਖਾਨ ਦੀ ਜ਼ਮੀਨ ਦਾ ਤੁਹਾਨੂੰ ਪਤਾ ਹੈ ਚੰਗਾ ਜ਼ਮੀਨਦਾਰ ਹੈ ਨਹੀਂ ਕੱਪ ਕਿੰਨ ਸੋ ਇਤਨੇ ਦਿਨ ਜੀ ਜੋ ਨੇੜੇ ਲੱਗੇ ਵਧੇ ਨਾ ਮੁਰਸ਼ਦ ਬਸ 8 ਦਿਨਾਂ ਦੀ ਮਾਰ ਹੈ ਅੱਛਾ ਹਾਂ ਸਾਕੀ ਖਾਨ ਔਰ ਸ਼ਬਾਜ਼ ਖਾਨ ਸਾਕੀ ਖਾਨ ਸ਼ਬਾਜ਼ ਖਾਨ ਸਲਾਮ ਥੀ ਗਿਆ ਮੁਰਸ਼ਦ ਨਾਲ ਮੁਹੱਬਤਾ ਵੰਡਿਆ ਕਰੋ ਸਹੀ ਸਹੀ ਸਾਡੇ ਵਿਵਾਰਿਨ ਸਾਕ ਮੁਹੱਬਤਾ ਦੇਨ ਠੀਕ ਹੈ ਸਹੀ ਤੁਹਾਡੀ ਜ਼ਿੰਦਗੀ ਦੀ ਹੋਵੇ ਖੈਰ ਥੈਂਕ ਯੂ ਮੁਰਸ਼ਦ ਤੁਹਾਡੀ ਮਿਹਰਬਾਨੀ ਸਹੀ ਤੁਹਾਡੀ ਮਿਹਰਬਾਨੀ ਵੰਦੇ ਪਏ ਸਹੀ ਰੋਜ਼ੀ ਰੋਟੀ ਤੇ ਤੂੰ ਸਾਰਾ ਸੋ ਸਾਡੇ ਨਾਲ ਨਾ ਇਸੇ ਸੈਯਦ ਬਾਦਸ਼ਾਹ ਸਾਨੂੰ ਮਿਲ ਗਿਆ ਹੈ ਇਹ ਕਸੀਦਾ ਸੁਣਾਉਂਦਾ ਹੈ ਮੌਲਾ ਦਾ ਇਹਨਾਂ ਦੀ ਜ਼ਬਾਨੀ ਤੁਹਾਨੂੰ ਵੀ ਕਸੀਦਾ ਸੁਣਾਉਂਦਾ ਹੈ ਬਿਸਮਿਲ੍ਲਾ ਸੈਯਦ ਬਾਦਸ਼ਾਹ ਇੱਕ ਸਲਵਾਤ ਅੱਲਾਹੁਮਾ ਸੱਲੇ ਅਲਾ ਮੁਹੰਮਦ ਵਾ ਆਲ ਮੁਹੰਮਦ ਵਾਜਲ ਫਰਜਾ ਕਾਇਮ ਯਾ ਅੱਲਾ ਅਦਬ ਤੋਂ ਮੈਂ ਇਬਤਦਾ ਕਰੇ ਨਾ ਵਾ ਵਾ ਜਾਂ ਪੰਜ ਤਨ ਦੇ ਸਨਾ ਕਰੇ ਨਾ ਬਿਸਮਿਲ੍ਲਾ ਬਿਸਮਿਲ੍ਲਾ ਅਦਬ ਤੋਂ ਮੈਂ ਇਬਤਦਾ ਕਰੇ ਨਾ ਤੇ ਪੰਜ ਤਨ ਦੇ ਸਨਾ ਕਰੇ ਨਾ ਅਲੀ ਦਨਾ ਚੈਨੇ ਹਾਂ ਜੋ ਠਰਦਾ ਹੈ ਵਾ ਵਾ ਆਪਣੀ ਮਾਂ ਕੋ ਦੁਆ ਕਰੇ ਨਾ ਯਾਲੀ ਨਾਰੇ ਹੈਦਰੀ ਯਾਲੀ ਅਰੇ ਸਨਾ ਸਾਰੀ ਦੁਨੀਆ ਤੇ ਮੌਲਾ ਅਲੀ ਪਾਕ ਦੀ ਸ਼ਾਨ ਸਾਰੀ ਦੁਨੀਆ ਤੇ ਫੇਰ ਕੇ ਮੈਂ ਤੱਕਿਆ ਸਾਰੀ ਦੁਨੀਆ ਤੇ ਫੇਰ ਕੇ ਮੈਂ ਤੱਕਿਆ ਅਲੀ ਜੀਆਂ ਸ਼ਾਹ ਕੋਈ ਨਾ ਸਾਰੀ ਦੁਨੀਆ ਤੇ ਫੇਰ ਕੇ ਮੈਂ ਤੱਕਿਆ ਅਲੀ ਜੀਆਂ ਸ਼ਾਹ ਕੋਈ ਨਾ ਚਾਵੇ ਜਾਨੇ ਤਾਨੂੰ ਵਾਵਾ ਇਹੋ ਸਿੱਧਾ ਰਸਤਾ ਚਾਵੇ ਜਾਨੇ ਤਾਨੂੰ ਇਹੋ ਸਿੱਧਾ ਰਸਤਾ ਹੋਰ ਸਿੱਧਾ ਕੋਈ ਨਾ ਸਾਰੇ ਦੁਨੀਆ ਤੇ ਨਾਰੇ ਹੈਦਰੀ ਪੜੀਆਂ ਨਮਾਜ਼ਾਂ ਨਾਲੇ ਹੱਜ ਤੇ ਵੀ ਗਏ ਹੋ ਅੱਠ ਪਾਰ ਰੋਜ਼ੇ ਰੱਖੇ ਚੰਦੇ ਦੇਂਦੇ ਰਹੇ ਹੋ ਚੰਦੇ ਦੇਂਦੇ ਰਹੇ ਹੋ ਪਰ ਪੁੱਲ ਤੂੰ ਨਹੀਂ ਪਾਰ ਲੰਘ ਸਕਦੇ ਅਲੀ ਦੀ ਵਿਲਾ ਕੋਈ ਨਾ ਸਾਰੇ ਦੁਨੀਆ ਤੇ ਨਾ ਦਿਲੀ ਕਰ ਯਾਦ ਅਲੀ ਕੂੰ ਦਿਲੋਂ ਕਰਕੇ ਚੇਠੇ ਫਰਿਆਦ ਦੇ ਨਾਲ ਇਮਦਾਦ ਕਰੇ ਸੀ ਤਲਵੇ ਲਓ ਦੇ ਹੇਠੇ ਯੂਨਸ ਕੂ ਮੰਜ ਪਕਰਿਆ ਹੈਦਰ ਵਿੱਚ ਮਛਲੀ ਦੇ ਪੇਟੇ ਅਲੀ ਅਲੀ ਏ ਵਿਦ ਮੈਦਾ ਨਿਤ ਜ਼ਬਾਨ ਦਾ ਚਾਲਾ ਸਰ ਸਰ ਦੁਸ਼ਮਨ ਕੋਲੇ ਥੈਨ ਵਨ ਥੈਨ ਦੁਜ਼ਕ ਦਾ ਗਾਲਾ
ਆਖ ਫਕੀਰਾ ਲਾਜ ਪਲੇਸੀਆ ਉੱਚੀਆਂ ਸ਼ਾਨਾਂ ਵਾਲਾ ਨਾਰੇ ਹੈਦਰੀ ਸਲਾਮ ਸੈਯਦ ਬਾਦਸ਼ਾਹ ਬਹੁਤ ਮਿਹਰਬਾਨੀ ਇਹ ਵੀ ਵਾਰ ਤੁਹਾਨੂੰ ਇਹਦਾ ਕਸੀਦਾ ਕਿਵੇਂ ਲੱਗਿਆ ਕਲਾਮ ਕਿਵੇਂ ਲੱਗਿਆ ਕਮੈਂਟਸ ਵਿੱਚ ਆਪਣੀ ਰਾਇ ਲਾਜ਼ਮੀ ਦੇਵਣੇ ਸੈਯਦ ਬਾਦਸ਼ਾਹ ਮੌਲਾ ਵਸਦਾ ਰੱਖੇ ਮਿਹਰਬਾਨੀ ਥੈਂਕ ਯੂ ਪਹਿਲੀ ਸੀ ਅਸਾਂ ਹੀ ਟਾਈਮ ਪਹੁੰਚ ਚੁੱਕੇ ਹਾਂ ਕਾਜ਼ਮੀ ਚੌਕ ਤੇ ਮੌਲੀ ਸਾਹਿਬ ਅੱਜ ਮਿਲ ਗਏ ਕਾਜ਼ਮੀ ਚੌਕ ਕਿਉਂਕਿ ਘਰ ਹੈ ਇਹਨਾਂ ਦਾ ਗਿਣਨੇ ਆ ਨਾ ਸਾ ਮਿਸਾਲੇ ਮੌਲੀ ਸਾਹਿਬ ਸਾਡੇ ਹੱਥੇ ਨਾਲ ਨਾ ਦੇ ਪਏ ਅੱਜ ਅਸਾਂ ਕਾਜ਼ਮੀ ਚੌਕ ਤੇ ਇਹਨਾਂ ਕੋ ਕਿਤੇ ਨਾ ਇਹਨਾਂ ਇਹ ਨਹੀਂ ਕੋਲ ਬਿਲਕੁਲ ਮਿਸਾਲੇ ਵੀ ਗਿੱਧੇ ਸੇ ਮਿਸਾਲੇ ਦੇ ਨਾਲ ਨਾਲ ਰਬੜੀ ਜੋਸ ਵੀ ਪੀਂਦੇ ਪਏ ਤੁਸਾਂ ਪੀਵਣਾ ਤਾਂ ਉਹ ਸੱਤ ਬਿਸਮਿਲਾ ਨੇ ਤਾਂ ਅਸਾਂ ਅੱਜ ਮੌਲੀ ਸਾਹਿਬ ਕੋ ਨਾਇ ਛੁੜਨ ਦੇ ਜੋਸ ਪੀਂਦੇ ਪਏ ਸ਼ੁਕਰੀਆ ਮੌਲੀ ਸਾਹਿਬ ਅਲਹਮਦੁਲਿਲਾਹ ਤੁਸਾਂ ਠੀਕ ਹੋ ਖਰੀਏ ਅਲਹਮਦੁਲਿਲਾਹ ਔਰ ਸਹੀ ਜਿਹੜੇ ਸਾਡੇ ਪੱਕੇ ਵੀਵਾਰ ਇਹਨਾਂ ਕੋ ਪਤਾ ਹੈ ਮੱਕੀ ਫੂਡ ਦਾ ਮਿਸਾਲਾ ਵੀ ਚੈਨਲ ਮੌਲੀ ਸਾਹਿਬ ਇਹਨਾਂ ਕੋਲ ਗਿੰਦੇ ਰਹਿੰਦੇ ਅੱਗੇ ਮੈਂ ਉਥਾਂ ਹੀ ਆ ਕੇ ਦੇਣ ਮਿਸਾਲਾ ਖਤਮ ਹੈ ਮੌਲੀ ਸਾਹਿਬ ਵੀ ਨਹੀਂ ਆਏ ਮਿਸਾਲਾ ਵੀ ਸਾਡੇ ਕੋਲ ਸ਼ਾਰਟ ਹੈ ਅੱਜ ਮੌਲੀ ਸਾਹਿਬ ਕੋਈ ਥਾਈ ਮਿਲ ਵੀ ਗਏ ਮੌਲੀ ਸਾਹਿਬ ਕੋਲ ਰਬੜੀ ਵੀ ਪੀਂਦੇ ਪਏ ਔਰ ਮਿਸਾਲਾ ਵੀ ਮੌਲੀ ਸਾਹਿਬ ਕੋਲ ਖਿਦਾ ਐਸੇ ਪਿਆ ਮੌਲੀ ਸਾਹਿਬ ਕੋ ਸਾਡ ਲੈ ਕੋ ਅੱਲਾ ਖੁਸ਼ ਕੇ ਅੱਲਾ ਦਾ ਸਲਾਮਾ ਕਰਕੇ ਮਿਹਰਬਾਨੀ ਸੇ ਮਿਹਰਬਾਨੀ ਇੱਕ ਵਾਰ ਪੀ ਕੇ ਦਿਖਾਉਂ ਭਈ ਇਹ ਕਿਵੇਂ ਸਹੀ ਬੜੀ ਜ਼ਬਰਦਸਤ ਰਬੜੀ ਹੈ ਕਾਜ਼ਮੀ ਚੌਕ ਤੇ ਆਸੋ ਦਾ ਬਿਲਕੁਲ ਰੋਡ ਦੇ ਉੱਤੇ ਇੱਕ ਆ ਤੁਹਾਡੀ ਹੈ ਤਾਂ ਦੁਕਾਨ ਜੇ ਕੈਂ ਬਾਏ ਦੀ ਵੀ ਹੈ ਰਬੜੀ ਵਾਲੀ ਤੁਹਾਡੀ ਹੈ ਐਸੇ ਰੋਡ ਦੇ ਉੱਤੇ ਦੁਕਾਨ ਵੇ ਦੁਕਾਨ ਬਸ ਇਹ ਇਹਨਾਂ ਦੀ ਦੁਕਾਨ ਹੁੰਦੀ ਹੈ ਤਾਂ ਆਸੋ ਗਿਣ ਸਨ ਪੈਸੇ ਪਿਲਵੈ ਸਨ ਸਹੀ ਤੁਹਾਕੋ ਬਾਕੀ ਰਾਜੋ ਸਾਡੇ ਨਾਲ ਨਾਲ ਫੈਮਲੀ ਸੀ ਖੈਰ ਨਾਲ ਆ ਗਏ ਖੈਰ ਅੱਲਾ ਦੇ ਹੁਕਮ ਨਾਲ ਇਹ ਕੱਲ੍ਹ ਕਰੋੜ ਚੋਂ ਗਿਣ ਆਇਆ ਸੀ ਯੂਰੀਆ ਡੀ ਏ ਪੀ ਅਤੇ ਕੋਈ ਬਾਈ ਦਵਾਈ ਹੈ ਇਹ ਸਿਵੀ ਵਗੈਰਾ ਕੀੜੇ ਵਾਸਤੇ ਹੁੰਦੀ ਹੈ ਇਹਦੇ ਸੱਟਣ ਨਾਲ ਕੀੜਾ ਮਰ ਪੈਂਦਾ ਹੈ ਔਰ ਦਰਖਤਾਂ ਕੋ ਤਾਕਤ ਮਿਲਦੀ ਹੈ ਟਾਪਰ ਦੇਂਦੇ ਪਏ ਹੈ ਇੱਕ ਦਰਖਤ ਕੋ ਮੈਂ ਦਿੱਤੀ ਹੈ ਥੋੜ੍ਹੀ ਜਿਹੀ ਇਹ ਟਾਪਰ ਦੇ ਕੇ ਇੱਕ ਸੱਟੇ ਦਰਖਤਾਂ ਦੇ ਮੁੰਡਾਂ ਵਿੱਚ ਦਰਖਤਾਂ ਵਾਸਤੇ ਫਾਇਦਾ ਆਉਂਦਾ ਹੈ ਔਰ ਕੀੜੇ ਵਾਸਤੇ ਹੁੰਦਾ ਨੁਕਸਾਨ ਅਤੇ ਤੁਸਾਂ ਰਾਸੋ ਸਾਡੇ ਨਾਲ ਨਾਲ ਫੈਮਲੀ ਸਹੀ ਅਸਾਂ ਹੀ ਟਾਈਮ ਆ ਗਏ ਹਾਂ ਦਰਬਾਰ ਰਾਜਨ ਸ਼ਾਹ ਸਾਡੇ ਨਾਲ ਲੱਗਦਾ ਇਲਾਕੇ ਤੋਂ ਦਿਖਾਉਂਦੇ ਵੀ ਰਹਿੰਦੇ ਹਾਂ ਵੀਡੀਓ ਦੇ ਵਿੱਚ ਇਹ ਜ਼ਫਰ ਬਾਈ ਕਿਉਂਕਿ ਮੈਂ ਖਾਦ ਦੇਂਦਾ ਪਈ ਹਾਂ ਮੈਂ ਦਰਖਤਾਂ ਕੋਲ ਤਾਂ ਜ਼ਫਰ ਬਈ ਆ ਗਏ ਜ਼ਫਰ ਬਈ ਆ ਕੇ ਮੈਂ ਵੀ ਗਿੰਨਾ ਅਸਾਂ ਠੀਕ ਹੈ ਅਸਾਂ ਆ ਗਏ ਸਰਕਾਰ ਮੁਹੰਮਦ ਅਲੀ ਰਾਜਨ ਸਰਕਾਰ ਦੀ ਨਗਰੀ ਵਿੱਚ ਸੈਯਦ ਮੁਹੰਮਦ ਅਲੀ ਰਾਜਨ ਇਹਨਾਂ ਦਾ ਨਾਂ ਹੈ ਅੱਲਾ ਦੇ ਵਲੀ ਹਨ ਇੱਥੋਂ ਗਿੰਦੇ ਹੈ ਖਾਦ ਅਤੇ ਬਹਿੰਦੇ ਹੈ ਵਾਪਸ ਅਤੇ ਤੂੰ ਸਾਰਾ ਸੋ ਸਾਡੇ ਨਾਲ ਫੈਮਲੀ ਸਹੀ ਨਮਾਜ਼ ਵੀ ਪੜ੍ਹ ਗਈ ਸੀ ਦਰਖਤਾਂ ਕੋ ਖਾਦ ਦੇ ਕੇ ਪਾਣੀ ਵੀ ਲਾ ਕੀਤਾ ਸੀ ਤਾਂ ਉਮੀਦ ਕਰਨ ਅੱਜ ਦੀ ਵੀਡੀਓ ਅੱਛੀ ਲੱਗੀ ਹੋ ਸੀ ਅਗਰ ਅੱਜ ਦੀ ਵੀਡੀਓ ਅੱਛੀ ਲੱਗੀ ਹੋ ਕਮੈਂਟਸ ਵਿੱਚ ਲਾਜ਼ਮੀ ਆਪਣੀ ਰਾਏ ਦੇਣੀ ਹੱਸਦੇ ਰਹੋ ਵਸਦੇ ਰਹੋ ਬਾਅਦ ਸ਼ਾਦ ਰਹੋ ਲਾਈਕ ਕਰੋ ਸਬਸਕ੍ਰਾਈਬ ਕੀਤੀ ਰਹੋ ਇਹ ਵੀਡੀਓ ਦਾ ਕਰਨ ਥਾਈ ਐਂਡ ਅਗਰ ਹੈ ਜ਼ਿੰਦਗੀ ਜਿੰਦੇ ਰਹੀ ਉਸੇ ਕੱਲ੍ਹ ਨਵੀਂ ਵੀਡੀਓ 'ਚ ਮਿਲ ਸੋਤਣੀ ਅੱਲਾ ਸੋਹਣੇ ਦੇ ਹਵਾਲੇ ਪਾਕਿਸਤਾਨ ਜ਼ਿੰਦਾਬਾਦ